ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨਿਤ ਕਪੂਰ। ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਇਹੋ ਜਿਹੇ ਸੀ ਜਿਹੜੇ ਪਿਛਲੇ ਕਾਫੀ ਸਮਾਂ ਤੋਂ ਬਾਗੀ ਰੁੱਖ ਇਖਤਿਆਰ ਕਰਕੇ ਬੈਠੇ ਹੋਏ ਸੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਇਨ ਆਗੂਆਂ ਤੋਂ ਪੱਲਾ ਝਾੜ ਚੁੱਕਿਆ ਸੀ, ਲੇਕਿਨ ਹੁਣ ਇੱਕ ਵੱਡਾ ਐਕਸ਼ਨ ਹੋਇਆ। ਮਹੇਸ਼ਿੰਦਰ ਸਿੰਘ ਗਰੇਵਾਲ ਸਾਡੇ ਨਾਲ ਨੇ, ਗੱਲਬਾਤ ਕਰਨੇ ਆ, ਕੀ ਐਕਸ਼ਨ ਹੋਇਆ ਗਰੇਵਾਲ ਸਾਹਿਬ? ਦੇਖੋ, ਅੱਜ ਸਰਦਾਰ ਬਲਵਿੰਦਰ ਸਿੰਘ ਭੁੰਦੜ ਜਿਹੜੇ ਸਾਡੇ ਡਿਸਿਪਲਿਨਰੀ ਕਮੇਟੀ ਦੇ ਚੇਅਰਮੈਨ ਆ, ਉਹਨਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜੀ, ਤੇ ਰਾਣੀਕੇ ਸਾਹਿਬ ਨੂੰ ਅਸੀਂ ਹੁਣ ਟੈਲੀਫੋਨ ਲਾਈਨ ਲੈ ਲਿਆ ਸੀਗਾ ਜੀ। ਇਹਨਾਂ ਨੇ ਸਾਰੀਆਂ ਹੱਦਾਂ ਕ੍ਰੋਸ ਕਰ ਲਈਆਂ ਜਿਹੜੇ ਪਾਰਟੀ ਦਾ ਵਿਰੋਧ ਕਰਦੇ ਸੀ ਜੀ। ਜਦ ਇੱਕ ਪੈਰਲਲ ਪਾਰਟੀ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਹ ਸਾਰੀਆਂ ਹੱਦਾਂ ਟੱਪ ਗਏ ਸੀ ਜੀ। ਤੇ ਉਹ ਫਿਰ ਇਸ ਵੇਲੇ ਸਾਡੀ ਕਮੇਟੀ 'ਚ ਦੀਰਘ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਇਹ ਕੇਸ ਹੈ ਜਿੱਥੇ ਹੁਣ ਇਹਨਾਂ ਨੂੰ ਕੋਈ ਸ਼ੋਅ ਕੌਜ਼ ਨੋਟਿਸ ਦੇਣ ਦੀ ਲੋੜ ਨਹੀਂ ਜੀ। ਜਦ ਇਹਨਾਂ ਨੇ ਪ੍ਰਤੱਖ ਰੂਪ ਵਿੱਚ ਆਪਣੇ ਆਪ ਨੂੰ ਇੱਕ ਪੈਰਲਲ ਸੰਸਥਾ ਬਣਾ ਲਿਆ, ਅਤੇ ਉਹਨਾਂ ਦੇ ਵਿੱਚ ਜਿਹੜੇ ਇਸ ਸਾਰੀ ਸਟੋਰੀ ਦੇ ਮਾਸਟਰ ਮਾਇੰਡ ਸੀ ਜੀ, ਜਿਹੜੇ ਆਰਕੀਟੈਕਟ ਆਫ ਦੀ ਪਲੈਨ ਸੀ, ਉਹਦੇ 'ਚ ਬੀਬੀ ਜਗੀਰ ਕੌਰ ਜੀ ਹੋ ਗਏ, ਉਦੋਂ ਬਾਅਦ ਤੁਹਾਡਾ ਚੰਦੂ ਮਾਜਰਾ ਜੀ ਹੋ ਗਿਆ, ਗੁਰਪ੍ਰਤਾਪ ਵਡਾਲਾ, ਪਰਮਿੰਦਰ ਢੀਂਡਸਾ, ਮਲੂਕਾ ਸਾਹਿਬ, ਰੱਖੜਾ ਸਾਹਿਬ, ਸੁਰਿੰਦਰ ਸਿੰਘ ਭੋਲੇ ਰਾਠਾ ਅਤੇ ਚਰਨਜੀਤ ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਨਾਲ ਹੀ ਇਹ ਫੈਸਲਾ ਕੀਤਾ ਕਿ ਜਿਹੜੇ ਵਿਧਾਨ ਸਭਾ ਹਲਕਿਆਂ 'ਚ ਇਹ ਮੁਕਤ ਆਪਣੀ ਨੁਮਾਇੰਦਗੀ ਕਰਦੇ ਸੀਗੇ, ਹਲਕਾ ਇੰਚਾਰਜ ਸੀ, ਉੱਥੇ ਹੁਣ ਅਸੀਂ ਨਵੇਂ ਹਲਕਾ ਇੰਚਾਰਜ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਆਪਣੇ ਸੀਨੀਅਰ ਲੀਡਰ ਸਾਹਿਬਾਨ ਨੂੰ ਭੇਜ ਕੇ ਵਰਕਰਾਂ ਤੋਂ ਸਿਚੁਏਸ਼ਨ ਅਸੈਸ ਕਰਕੇ ਅਤੇ ਉੱਥੇ ਨਵੇਂ ਹਲਕਾ ਇੰਚਾਰਜ ਲਾਉਣ ਦੀ ਪ੍ਰਕਿਰਿਆ ਸਟਾਰਟ ਕਰਾਂਗੇ। ਲੇਕਿਨ ਅਗਰੇਵਾਲ ਸਾਹਿਬ, ਅੱਜ ਜਿਹੜਾ ਫੈਸਲਾ ਹੋਇਆ ਹੈ, ਇਸ ਫੈਸਲੇ ਨੂੰ ਲੈ ਕੇ ਲਾਜ਼ਮੀ ਜੀ ਗੱਲ ਹੈ, ਆ ਆਗੂ ਜਿਹੜੇ ਨੇ ਸਵਾਲ ਕਰਨਗੇ, ਉਹ ਕਹਿਣਗੇ ਕਿ ਸਾਡਾ ਪੱਖ ਜਿਹੜਾ ਉਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਇੱਕ ਤਰਫਾ ਜਿਹੜਾ ਫੈਸਲਾ। ਨਾਲੇ ਨਾਲ ਉਹ ਇਹ ਵੀ ਕਹਿੰਦੇ ਸੀ ਕਿ ਅਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹੀ ਅੰਗ ਹਾਂ ਅਤੇ ਉਹ ਅੱਡ ਨਹੀਂ ਹੋਵਾਂਗੇ, ਭਾਵੇਂ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਧੜਾ ਉਹ ਸਾਨੂੰ ਅੱਡ ਕਰਦੇ ਜਾਂ ਪਾਰਟੀ 'ਚੋਂ ਬਾਹਰ ਕੱਢਦੇ, ਲੇਕਿਨ ਅਸੀਂ ਅਕਾਲੀ ਹਾਂ ਅਤੇ ਅਕਾਲੀ ਦਲ 'ਚ ਹੀ ਰਹਾਂਗੇ। ਬਾਡੀ ਦਾ ਹਿੱਸਾ ਹੁੰਦਾ ਕੈਂਸਰ, ਜਦ ਕੈਂਸਰ ਹੋ ਜਾਵੇ ਫਿਰ ਕੱਢ ਦਿੰਦੇ ਆ ਉਹਨਾਂ ਹਿੱਸਾ ਜੀ, ਕੱਢ ਦੇ ਬਾਹਰ, ਕੈਂਸਰ ਸੀ ਪਾਰਟੀ ਲਈ, ਕੈਂਸਰ ਸੀਗਾ ਪਾਰਟੀ ਨੇ ਤਾਂ ਜੀਵਣਾ ਜੀਣਾ ਨਾ ਜੀ, ਫਿਰ ਉਹਦਾ ਟ੍ਰੀਟਮੈਂਟ ਕਰਨੀ ਪਈ, ਟ੍ਰੀਟਮੈਂਟ ਨਾਲ ਜਿਹੜਾ ਬਿਮਾਰ ਰੋਗ ਸੀ ਉਹ ਹਟਾਤਾ, ਰੋਗ ਤੇ ਹਟਾਤਾ, ਲੇਕਿਨ ਉਹ ਆਪਣੇ ਆਪ ਨੂੰ ਅਕਾਲੀ ਦੱਸਦੇ ਨੇ ਔਰ ਕਹਿੰਦੇ ਜਿੰਨੀ ਕੁ ਪਾਰਟੀ, ਉਹਨਾਂ ਦੇ ਕਹਿਣ ਨੂੰ ਕੀ ਆ ਅਕਾਲੀ ਦਲ ਜਿਹੜੇ ਭਾਰਤੀ ਜਨਤਾ ਪਾਰਟੀ ਅਤੇ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਲ ਦੇਣ, ਉਹ ਅਕਾਲੀ ਕਹਾ ਸਕਦੇ? ਮੈਨੂੰ ਇੱਕ ਗੱਲ ਦੱਸੋ, ਜਦ ਲਾਸਟ ਕੋਰ ਕਮੇਟੀ ਦੀ ਇੱਥੇ ਮੀਟਿੰਗ ਹੋਈ, ਇਹਨਾਂ 'ਚੋਂ ਦੋ ਤਿੰਨ ਲੀਡਰ ਇੱਥੇ ਕਹਿ ਕੇ ਗਏ, ਪ੍ਰਧਾਨ ਸਾਹਿਬ ਤੁਹਾਡੇ ਤੋਂ ਇਕੱਲੇ ਇਕੱਲੇ ਟਾਈਮ ਲੈ ਕੇ ਤੁਹਾਡੇ ਨਾਲ ਇਕੱਲੀਆਂ ਗੱਲਾਂ ਕਰਾਂਗੇ, ਅੱਜ ਇੱਥੇ ਨਹੀਂ ਕਰਨੀਆਂ ਚਾਹੁੰਦੇ। ਅਗਲੇ ਦਿਨ ਜਾ ਕੇ ਉੱਥੇ ਜਲੰਧਰ ਮੀਟਿੰਗ ਕਰ ਲੈਂਦੇ ਆ, ਲੈਦਾ ਬਹੁਤ ਲੰਬੀ ਰੋਟ ਦਿੱਤੀ। ਫਿਰ ਉਦੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਵਰਕਿੰਗ ਕਮੇਟੀ ਦੀ ਮੀਟਿੰਗ 'ਚ ਵੀ ਉਸ ਦਿਨ ਪਾਰਟੀ ਨੇ ਫੈਸਲਾ ਕੀਤਾ, ਜਿੱਥੇ ਪ੍ਰਧਾਨ ਸਾਹਿਬ ਨੂੰ ਜਥੇਬੰਦਕ ਢਾਂਚਾ ਭੰਗ ਕਰਨ ਦਾ ਅਤੇ ਰੀਕੰਸਟੀਚਿਊਟ ਕਰਨ ਦਾ ਅਧਿਕਾਰ ਦਿੱਤਾ, ਉੱਥੇ ਭੁੰਦੜ ਸਾਹਿਬ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਹੁਣ ਤੱਕ ਜੋ ਇਹਨਾਂ ਨੇ ਕਰ ਲਿਆ ਕਰ ਲਿਆ, ਮਾਫ਼ ਕੀਤਾ ਜਾ ਸਕਦਾ, ਪਰ ਜਿਹੜਾ ਹੁਣ ਤੋਂ ਬਾਅਦ ਵੀ ਜਾਰੀ ਰੱਖੂਗਾ ਉਹ ਪਾਰਟੀ 'ਚੋਂ ਕੱਢਿਆ ਸਮਝਿਆ ਜਾਵੇ। ਉਹ ਕੱਢਾ ਸਮਝਿਆ ਜਾਣ ਵਾਲਾ ਸਮਝਾਤਾ ਕੀ ਹੁੰਦਾ ਕੱਢੇ ਜਾਣ ਦਾ ਮਤਲਬ, ਆ ਕਰਤਾ, ਯਾਨੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਇੱਕ ਵੱਡਾ ਐਕਸ਼ਨ ਹੋਇਆ, ਜਿਸ ਢੰਗ ਦੇ ਨਾਲ ਤੁਸੀਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਰਹੇ ਹਾਂ ਇਸ ਐਕਸ਼ਨ ਦੀ, ਕਿ
ਗੁਰਪ੍ਰਤਾਪ ਸਿੰਘ ਵਡਾਲਾ ਦੀ ਗੱਲ ਕਰੀਏ, ਬੀਬੀ ਜਗੀਰ ਕੌਰ ਦੀ ਗੱਲ ਕਰੀਏ, ਪ੍ਰੇਮ ਸਿੰਘ ਚੰਦੂਮਾਜਰਾ ਦੀ ਗੱਲ ਕਰੀਏ, ਪਰਮਿੰਦਰ ਸਿੰਘ ਢਿੰਡਸਾ ਦੀ ਗੱਲ ਕਰੀਏ, ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ, ਸੁਰਜੀਤ ਸਿੰਘ ਰੱਖੜਾ ਦੀ ਗੱਲ ਕਰੀਏ, ਸੁਰਿੰਦਰ ਸਿੰਘ ਠੇਕੇਦਾਰ ਦੀ ਗੱਲ ਕਰੀਏ, ਜਾਂ ਫਿਰ ਚਰਨਜੀਤ ਸਿੰਘ ਬਰਾੜ ਦੀ ਗੱਲ ਕਰੀਏ, ਇਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕੱਢ ਦਿੱਤਾ ਗਿਆ। ਨਾਲੋਂ ਨਾਲ ਇਹ ਵੀ ਫੈਸਲਾ ਲਿੱਤਾ ਗਿਆ ਕਿ ਇਹ ਜਿਨ 7 ਹਲਕਿਆਂ ਦੇ ਵਿੱਚ ਚੋਣ ਲੜਦੇ ਸੀ, ਜਿਨ੍ਹਾਂ ਦਾ ਇਹਨਾਂ ਨੂੰ ਪ੍ਰਧਾਨ ਲਾਇਆ ਹੋਇਆ ਸੀ, ਹਲਕਾ ਇੰਚਾਰਜ ਲਾਇਆ ਹੋਇਆ ਸੀ, ਉੱਥੇ ਨਵੇਂ ਹਲਕਾ ਇੰਚਾਰਜ ਜਿਹੜੇ ਨੇ ਉਹ ਲਾਏ ਜਾਣਗੇ। ਇੱਕ ਵੱਡਾ ਝਟਕਾ ਇਨ ਬਾਗੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ। ਵੇਖਣ ਵਾਲੀ ਗੱਲ ਰਹੇਗੀ ਕਿ ਸੈਕਸ਼ਨ ਤੋਂ ਬਾਅਦ ਹੁਣ ਆ ਬਾਗੀ ਧੜਾ ਕੀ ਰੁੱਖ ਇਖਤਿਆਰ ਕਰਦਾ ਹੋਇਆ ਨਜ਼ਰ ਆਉਂਦਾ ਹੈ। ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।